कै मरियम निवास ने कहा किसानों में सरकार और मिलने शुरू हो गए पुर अंदी होनी शुरू हो गई अज मरियम निवाज ने सकार लॉर दूरअंदाजी की है और आज आज या आज शाम तक लिस्टा सारिया जारी हो जा सन कि बंद का नाम भी आया वालेकुम जी मैं बिल बौदला तुसविंद यूट्यूब चैनल ए बी बाई हाँ जी बीवर की हाल चाल उम्मीद कर सभी खैर करता उसो अल्लाह के फजल करम और शुक्र है जनाब मैं भी खैर करता आज ਤੁਹਾਡੇ ਤੁਹਾਡਾ ਭਾਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆ ਸਰਕਾਰ ਕਿਉਂਕਿ ਮੇਰੇ ਕੋਲ ਥੋੜੀ ਨਾ ਪਚੇਣ ਜੀ ਹੋਈ ਖੜੀ ਹੋਈ ਖੜੀ ਸੀ ਕਿ ਯਾਰ ਆਪਣੇ ਵਿਵਰਾਂ ਨੂੰ ਜਿਹੜਾ ਨਾ ਖੁਸ਼ਖਬਰੀ ਦੇਵਾਂ ਕਿ ਖੁਸ਼ਖਬਰੀ ਯਾਰ ਜਦੋਂ ਦੀ ਨੌਨ ਲਗਾਈ ਹੈ ਨਾ ਉਸ ਤੋਂ ਉਸ ਦੌਰਾਨ ਮਤਲਬ ਪਹਿਲੀ ਖੁਸ਼ਖਬਰੀ ਐਸੀ ਕਿਸਾਨਾਂ ਉਸ ਤੇ ਕਿ तकरीबन ਦਾ 1 ਲੱਖ ਦਾ ਫਾਇਦਾ ਹੋ ਰਿਹਾ ਹੈ ਕਿਸਾਨ ਟਰੈਕਟਰ ਜਨਾਬ ਜਿਹੜੇ ਆਪਾਂ ਮਰੀਮ ਨਿਵਾਜ਼ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਮੈਂ ਦੇਣੇ ਸਰਕਾਰ ਉਹ ਮਿਲਣੇ ਸ਼ੁਰੂ ਹੋ ਗਏ ਕੁਰੰਦਾਜ਼ੀ ਹੋਣੀ ਸ਼ੁਰੂ ਹੋ ਗਈ ਅੱਜ ਮਰੀਮ ਨਿਵਾਜ਼ ਨੇ ਸਰਕਾਰ ਲੋਰ ਦੇ ਕੁਰੰਦਾਜ਼ੀ ਕੀਤੀ ਹੈ ਔਰ ਅੱਜ ਅੱਜ ਜਾਂ ਅੱਜ ਸ਼ਾਮ ਤੱਕ ਲਿਸਟਾਂ ਸਾਰੀਆਂ ਜਾਰੀ ਹੋ ਜਾਣ ਕਿੰਨਾ ਬੰਦੇ ਦਾ ਨਾਮ ਵੀ ਆਇਆ ਮੁਹੰਮਦ ਯਾਸੀਨ ਹੈ ਕੋਈ ਉਕਾੜੇ ਦਾ ਉਹਦਾ ਵੀ ਨਾਮ ਆਇਆ ਸਰਕਾਰ ਤੇ ਪਹਿਲੀ ਗੱਲ ਵੀਵਰ ਮੇਰੇ ਕੋ ਪੁੱਛ ਰਿਹਾ ਸੀ ਪਹਿਲੇ ਇੱਕ ਦੋ ਵੀਡੀਓ ਪਾਈਆਂ ਸੀ ਕਿ ਯਾਰ ਟਰੈਕਟਰ ਕਿੰਨਾ ਕਿੰਨਾ ਨੂੰ ਮਿਲਣੇ ਜਨਾਬ ਜਿਨ੍ਹਾਂ ਦਾ ਕਿਸਾਨ ਕਾਰਡ ਬਣਿਆ ਨਾ ਟਰੈਕਟਰ ਉਹਨਾਂ ਨੂੰ ਮਿਲ ਲੈਣ ਟਰੈਕਟਰ ਆਸਤੇ ਕਿਸਾਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਸਰਕਾਰ ਮੈਨ ਵਨ ਗੱਲਾਂ ਇੱਕ ਦੋ ਛੋਟੀਆਂ ਛੋਟੀਆਂ ਕਾਫੀ ਵੀਰ ਕਰ ਰਹੀ ਸੀ ਕਿਸਾਨ ਨੂੰ ਸਮਝ ਨਹੀਂ ਲੱਗ ਰਹੀ ਕਿ ਯਾਰ ਟਰੈਕਟਰ ਦਾ ਅਪਲਾਈ ਕਿਵੇਂ ਕਰਨਾ ਇਹ ਉਹ ਸਟੇ ਅਪਲਾਈ ਹੋ ਨਹੀਂ ਰਹੀ ਹੈ ਵੀਰ ਜੀ ਇਹਨਾਂ ਦਾ ਕਿਸਾਨ ਕਾਰਡ ਹੈ ਉਹਨਾਂ ਦੀ ਅਪਲਾਈ ਹੋਵੇਗੀ ਵਰਨਾ ਅਪਲਾਈ ਨਹੀਂ ਹੋਣੀ ਰਿਜੈਕਸ਼ਨ ਹੋ ਜਾਏਗੀ ਤੁਹਾਡੇ ਨੂੰ ਮੈਸੇਜ ਆਏਗਾ ਮੈਸੇਜ ਆ ਜਾਏਗਾ ਕਿ ਤੁਹਾਡਾ ਜਿਹੜਾ ਅਨੁਕਰੰਦਾਦੀ ਵਿੱਚ ਰਿਜੈਕਸ਼ਨ ਹੋ ਗਈ ਹੈ ਔਰ ਉਹਦੇ ਨਾਲ ਨੌ ਕਨਾਲੀ ਜ਼ਮੀਨ ਹੋਣਾ ਵੀ ਜ਼ਰੂਰੀ ਹੈ ਅਗਰ ਕਿਸੇ ਬਾਇ ਦਾ ਨਾ ਹੈ ਨਾ ਨੌ ਕਨਾਲੀ ये नहीं कि मेरे बापू का नाम पाँ कि सौ किला ये वो अपने नाम या फिर बापू के नाम की कुरनदादी कुरन करवाओ या बिच मतलब फाइल जमा करवाओ अगर मतलब थोड़ा जो कनाली जमीन नहीं है फिर ਤੁਸੀਂ ਕੋਰ ਅੰਦਾਜ਼ੇ ਵਿੱਚ ਹਿੱਸਾ ਨਹੀਂ ਲੈ ਸਕਦੇ ਨੇ ਪਹਿਲੇ 20 ਤਰੀਕ ਨੂੰ ਨਹੀਂ ਸੀ ਫਿਰ 22 ਨੂੰ ਫਿਰ 28 ਨੂੰ ਫਿਰ ਮਤਲਬ ਕਿ ਅੱਜ ਪਹਿਲੀ ਤਰੀਕ ਹੋ ਗਈ ਅੱਜ ਮਰੀਮ ਨਿਵਾਦ ਨੇ ਜਨਾਬ ਇਫਤਤਾਹ ਕਰ ਦਿੱਤਾ ਹੈ ਲੋਰ ਦੇ ਵਿੱਚ ਟਰੈਕਟਰ ਨਿਕਲਨੇ ਸ਼ੁਰੂ ਹੋ ਗਏ ਸਾਡਾ ਜ਼ਿਲ੍ਹਾ ਹੈ ਜੀ ਪਾਕਪਤਨ ਪਾਕਪਤਨ ਵਿੱਚ 227 ਟਰੈਕਟਰ ਹਨ ਔਰ ਸਾਡੀ ਡਿਵੀਜ਼ਨ ਹੈ ਸਾਈਵਾਲ ਸਾਈਵਾਲ ਦੇ ਵਿੱਚ ਤਕਰੀਬਨ 228 ਟਰੈਕਟਰ ਹਨ ਔਰ ਸਾਡਾ ਨਾਲ ਜ਼ਿਲ੍ਹਾ ਉਕਾੜਾ ਸਾਡੇ ਦੋ ਜ਼ਿਲ੍ਹੇ ਹਨ ਤਕਰੀਬਨ ਉਹਦੇ ਵਿੱਚ 340 ਟਰੈਕਟਰ ਹਨ ਠੀਕ ਹੈ ਜਲਦੀ 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 ਅਗਰ ਕਿਸੇ ਭਾਈਆਂ ਨੂੰ ਲਿਸਟਾਂ ਦੀ ਲੋੜ ਹੈ ਲਿਸਟਾਂ ਅੱਜ ਸ਼ਾਮੀ ਆ ਜਾਣਗੀਆਂ ਸੈਟਲ ਕਮੈਂਟ ਕਰਦੇ ਵੇ ਜਿਹੜੇ ਜ਼ਿਲ੍ਹੇ ਦੀ ਲਿਸਟ ਚਾਹੀਦੀ ਹੈ ਇਨਸ਼ਾਅੱਲਾ ਤੁਹਾਡੇ ਲਈ ਉਹ ਲਿਸਟ ਪਹੁੰਚਾ ਦੇਵਾਂਗੇ ਭਾਈ ਜਾਨ ਭਾਈ ਫੈਸਲ ਜਮਾਲ ਬੋਦਲਾ ਸਾਹਿਬ ਕੀ ਹਾਲ ਚਾਲ ਨੇ ਸਰ ਅਲਹਮਦੁਲਿਲਾ ਸਰ ਤੋਂ ਸੁਣੋ ਠੀਕ ਠਾਕ ਹੋ ਖੁਸ਼ ਖਬਰੀ ਆ ਗਈ ਖੁਸ਼ ਖਬਰੀ ਕੀ ਖਿਆਲ ਹੈ ਮੈਂ ਅੱਜ ਸਵੇਰੇ ਦਾ ਮੈਂ ਅਪਲਾਈ ਕੀਤਾ ਹੋਇਆ ਸੀ ਮੈਂ ਵੀ ਅੱਜ ਸਵੇਰੇ ਤੋਂ ਉੱਥੇ ਹੀ ਮੋਬਾਈਲ ਤੇ ਡੀਆ ਪਿਆ ਤੇ ਜਿਹੜੇ ਭਾਈਆਂ ਲਿਸਟਾਂ ਚਾਹੀਦੀਆਂ ਨੇ ਇਨਸ਼ਾਅੱਲਾ ਅੱਜ ਪਾਣੀ ਵਾਈ ਤੀ ਅਵੇਲ ਹੋਣਗੀਆਂ ਸਾ ਤੇ ਕਮੈਂਟ ਬਾਕਸ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਹੈ ਉਹ ਆਦਾ ਕਮੈਂਟ ਬਾਕਸ 'ਚ ਦੱਸ ਦਿਓ ਤਾਂ ਕਿ ਅਸੀਂ ਤੁਹਾਡੇ ਲਈ ਲਿਸਟਾਂ ਡਾਇਰੈਕਟ ਸੈਂਡ ਕਰ ਦੇ ਦੀਆਂ ਜਾਂ ਵੀਡੀਓ ਵੀ ਸੈਂਡ ਕਰ ਦੇ ਦੀ। ਅੱਛਾ ਇਹ ਤਕਰੀਬਨ ਕਿਤਨੇ ਜ਼ਿਲ੍ਹੇ ਪੂਰੇ ਪੰਜਾਬ 'ਚ ਹੈ? ਪੂਰੇ ਪੰਜਾਬ ਓਵਰ ਆਲ ਦੇ ਜਿਹੜੀ ਲਿਸਟਾਂ ਉਹ ਅੱਜ 5 ਵਜੇ ਅਪਲੋਡ ਹੋ ਜਾਣਗੀਆਂ ਤੇ ਇਨਸ਼ਾਅੱਲਾ ਅਸੀਂ ਤੁਹਾਡਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅੱਛਾ ਤੇ ਇਹ ਮਤਲਬ ਅੱਜ ਕੋਈ ਇਫਤਤਾਹ ਹੋ ਗਿਆ? ਜੀ ਭਾਈ ਮਰੀਮ ਨਿਮਾਜ਼ ਨੇ ਹੁਣੇ ਤਕਰੀਬਨ ਲੋਰ ਦਫ਼ਤਰ ਦੇ ਵਿੱਚੋਂ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਲੋਰ ਦਾ ਮੇਨ ਦਫ਼ਤਰ ਉਹਦੇ ਵਿੱਚ ਕੁਰ ਅੰਦਾਜ਼ੇ ਕਰਕੇ ਨਿਕਲੀਆਂ ਆ ਹੁਣੇ ਤੇ ਉਹਨਾਂ ਤਕਰੀਬਨ 3 ਨਾਂ ਦਿੱਤੇ ਹਨ ਜੀ 3 ਨਾਂ ਉਹਨਾਂ ਦੀ ਜ਼ੁਬਾਨੇ ਉਹਨਾਂ ਦੇ ਆਈਡੀ ਕਾਰਡ ਦਿੱਤੇ ਹਨ ਉਹ ਕਿਹੜੇ ਕਿਹੜੇ ਨਾਮ ਹਨ ਸਭ ਤੋਂ ਪਹਿਲੇ ਉਕਾੜੇ ਦੀ ਗੱਲ ਕਰਨੇ ਆ ਉਕਾੜੇ ਦੇ ਵਿੱਚੋਂ ਜਿਹੜਾ ਖੁਸ਼ਕਿਸਮਤ ਬੰਦਾ ਹੈ ਜਿੰਦਾ ਮਰੀਮ ਬੇਬੇ ਦੇ ਮੂੰਹ ਵਿੱਚੋਂ ਨਾਂ ਨਿਕਲਿਆ ਮੁਬਾਰਕ ਜ਼ੁਬਾਨ ਵਿੱਚ ਮੁਬਾਰਕ ਜ਼ੁਬਾਨ ਦੇ ਵਿੱਚੋਂ ਨਾਂ ਨਿਕਲਿਆ ਉਕਾੜਾ ਦਾ ਮੁਹੰਮਦ ਯਾਸੀਨ ਬਲਦ ਮੁਹੰਮਦ ਅਸ਼ਰਫ ਤੁਹਾਨੂੰ ਬੜੀ ਬੜੀ ਮੁਬਾਰਕ ਹੋਵੇ ਮਰੀਮ ਨਿਵਾਜ਼ ਦੇ ਮੂੰਹ ਦੇ ਵਿੱਚੋਂ ਤੁਹਾਡਾ ਨਾਂ ਨਿਕਲਿਆ ਦੂਸਰੇ ਨੰਬਰ ਤੇ ਆ ਜਾਣਾ ਹੈ ਆਪਾਂ ਗੱਲ ਕਰਨੇ ਆ ਚਕਵ ਉਹਦੇ ਵਿੱਚੋਂ ਜੇ ਤਾਲिब हुसैन ਬਲਦ ਮੁਹੰਮਦ हुसैन ਉਹਨਾਂ ਨੂੰ ਬੜੀਆਂ ਮੁਬਾਰਕਾਂ ਤੁਹਾਡਾ ਵੀ ਟਰੈਕਟਰ ਨਿਕਲ ਆਇਆ ਤੇ 33 ਨੰਬਰ ਤੇ ਡੇਰਾ ਗਾਜ਼ੀਖਾਂ ਦੀ ਗੱਲ ਕਰਨੇ ਆ ਜ਼ਿਲ੍ਹਾ ਡੇਰਾ ਗਾਜ਼ੀਖਾਂ ਉਹਨਾਂ ਦੇ ਗੁਲਾਮ ਅਕਬਰ ਬਲਦ ਹਾਜੀ ਗੁਲਾਮ हुसैन ਗ੍ਰੇਨ ਟਰੈਕਟਰ ਹਾਸਲ ਕਰਨ ਵਾਲੇ 30 ਕਾਸ਼ਤਕਾਰ ਜਿਨ੍ਹਾਂ ਨੂੰ ਮਰੀਮ ਨਿਵਾਜ਼ ਨੇ ਆਦੀ ਜ਼ੁਬਾਨ ਦੇ ਵਿੱਚੋਂ ਅਨਾਉਂਸਮੈਂਟ ਦਿੱਤੀ ਹੈ ਬਾਕੀ ਜਿਹੜੀਆਂ ਲਿਸਟਾਂ ਨੂੰ ਅੱਜ 5 ਵਜੇ ਐਸਏ ਚੈਨਲ ਤੇ ਤੁਹਾਨੂੰ ਮਿਲਣ ਗਿਆ ਤੇ ਸਾਡੇ ਚੈਨਲ ਨਾਲ ਟੱਚ ਰਹੋ ਸਬਸਕ੍ਰਾਈਬ ਮਾਰੋ تے ا دے دوستاں نوں ضرور شیئر کرو جنہاں اپلائی کیتا ہویا اچھا جی تے اے مطلب اپنے پاکپتن اور اوکاڑا اور ساہیوال مطلب اپنے تین ضلعے نیرے نیرے تے اپنے خاص خاص بندے جڑے اپنوں ایتھے فالو جنہاں نے کیتا ہے سبسکرائب کیتا ہویا اوناں نوں اے خوشخبری کیویں سننی ہوے گی کہ اج تہاڈی کور اندازی بھائی اے تقریبا اج 5 بجے جڑی ویب سائٹ اگری کلچر ڈیپارٹمنٹ اون دے تے لسٹاں آن گیاں ਲੇਕਿਨ ਅਜੇ ਇੱਕ ਮਸਲਾ ਚੱਲ ਰਿਹਾ ਹੈ ਪਾਸਵਰਡ ਦਾ ਪਾਸਵਰਡ ਕਿਹੜਾ ਲਾਵੀਏ ਤੇ ਅਸੀਂ ਵੀ ਟੱਚ ਆ ਮਹਿਕਮੇ ਨਾਲ ਉਹ ਸਾਨੂੰ ਜਿਵੇਂ ਹੀ ਅਨਾਉਂਸਮੈਂਟ ਹੋਏਗੀ ਆ ਪਾਸਵਰਡ ਤੁਸੀਂ ਲਾਣਾ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਹਦੇ ਵਾਸਤੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੋ ਸੀ ਤਾਂ ਕਿ ਸਾਡੀ ਵੀਡੀਓ ਆ ਸੀ ਉਹਦੇ ਤੇ ਅਸੀਂ ਸਪੈਸ਼ਲ ਪਾਸਵਰਡ ਜਿਹੜਾ ਉਹ ਮੰਗ ਰਹੇ ਹਨ ਉਹ ਤੁਹਾਨੂੰ ਦੱਸਾਂਗੇ ਵੀਵਰ ਕੁਰੰਦਾਜੀ ਗ੍ਰੀਨ ਟਰੈਕਟਰ ਤਕਰੀਬਨ ਇਹ ਜਨਾਬ ਆਪਣਾ ਟਰੈਕਟਰ ਹੈ 39 ਲੱਖ ਦਾ ਟਰੈਕਟਰ 37 ਲੱਖ 7000 ਇਹ ਜਨਾਬ ਗਨੇ ਬੰਦੇ ਕਹਿ ਰਹੇ ਸੀ ਕਿ ਸਾਨੂੰ ਫਾਇਦਾ ਕਿਤਨੇ ਜਿਹੜਾ ਨੇ ਪੈਸੇ ਦਾ ਹੋਵੇਗਾ ਇਹ ਜਨਾਬ ਆਪਾਂ ਨੇ ਉਹ 37 ਲੱਖ ਦਾ ਟਰੈਕਟਰ ਜਿਹਦਾ ਆਪਾਂ 27 ਲੱਖ ਜਮਾ ਕਰਵਾਣਾ ਹੈ ਠੀਕ ਹੈ ਜੀ ਨਾ ਭਾਈਆਂ ਦਾ ਨਾਮ ਆ ਗਿਆ ਹੈ ਉਹ ਸਰਕਾਰ ਜਲਦੀ 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 ਹੈ ਜਿਹੜਾ 27 ਲੱਖ ਦਾ ਅਰੇਂਜ ਕਰੋ ਕਿਉਂਕਿ ਇੱਕ ਮਹੀਨੇ ਦੇ ਅੰਦਰ ਇੱਕ ਮਹੀਨੇ ਦਾ ਟਾਈਮ ਹੈ ਜੀ ਭਾਈ ਇੱਕ ਮਹੀਨਾ ਅਗਰ ਤੁਹਾਡੇ ਕੋਲ 27 ਲੱਖ ਅਰੇਂਜ ਨਹੀਂ ਕੀਤਾ ਗਿਆ ਫਿਰ ਭਈ ਅਗਰ ਤੁਹਾਡੇ ਕੋਲ 27 ਲੱਖ ਰੈਂ ਨਹੀਂ ਕੀਤਾ ਜਾਂਦਾ ਫਿਰ ਤੁਸੀਂ ਮੁਤਲਕਾ ਕੋਈ ਵੀ ਬੈਂਕ ਲੈ ਲਓ ਉਹਦੇ ਨਾਲ ਰابطਾ ਕਰਿਆ ਹੈ ਡਾਊਨ ਪੇਮੈਂਟ ਜਿਹੜੀ ਹੋ ਤਾ ਉਹਨੂੰ ਕਵਨਗੇ 5 ਲੱਖ 7 ਲੱਖ ਜਾਂ 10 ਲੱਖ ਜਿਹੜੀ ਵੀ ਡਾਊਨ ਪੇਮੈਂਟ ਉਹਨਾਂ ਦੇ ਕ੍ਰਾਈਟਰੀਆ ਵਿੱਚ ਹੋਈ ਉਹ ਤੁਸੀਂ ਦੇਵੋਗੇ ਬਾਕੀ ਜਿਹੜਾ 17 ਲੱਖ ਹੈ ਜਿੰਨੇ ਦੇ ਅਸੂ 17 ਲੱਖ ਦੇ ਵਿੱਚ 5 ਲੱਖ ਦਿੰਦੇ ਨੇ ਬਾਕੀ ਜਿਹੜਾ 22 ਲੱਖ ਹੈ ਉਹਦੀਆਂ ਤੁਹਾਡਾਂ ਨੂੰ 5 ਸਾਲ ਦੀਆਂ ਕਿਸ਼ਤਾਂ ਕਰ ਲੈਣ ਕਿਸੇ ਵੀ ਬੈਂਕ ਨਾਲ ਤੁਸੀਂ ਅਟੈਚ ਹੋ ਸਕਦੇ ਹੋ ਅੱਛਾ ਮਤਲਬ ਇਹ ਬੈਂਕ ਆਫ ਪੰਜਾਬ ਹੀ ਜ਼ਿਆਦਾਤਰ ਚੱਲ ਰਿਹਾ ਹੈ ਭਾਈ ਕਿਸੇ ਵੀ ਬੈਂਕ ਦੇ ਵਿੱਚ ਜਿਹੜਾ ਇਹ ਜਿਨ੍ਹਾਂ ਦਾ ਟਰੈਕਟਰ ਨਿਕਲਣਾ ਉਹ ਕਿਸੇ ਵੀ ਬੈਂਕ ਨਾਲ ਰابطਾ ਕਰ ਸਕਦੇ ਹਨ ਉਹਨਾਂ ਦੀ ਬਾਕੀ ਪੇਮੈਂਟ ਜਮ੍ਹਾਂ ਕਰਾ ਦੇਸੋ مزید ਲਿਸਟਾਂ ਸ਼ਾਂਤਿਕਰ ਆ ਜਾਣਗੇ ਆ ਫਿਲਹਾਲ ਭਾਈ ਨੂੰ ਮੈਂ ਕਿਹਾ ਵੀ ਸਾਰੀਆਂ ਲਿਸਟਾਂ ਆਪਾਂ ਸਭ ਤੋਂ ਪਹਿਲੇ ਆਪਾਂ ਆਪਣੇ ਚੈਨਲ ਤੇ ਵਿਖਾਣੀ ਚੈਨਲ ਛੋਟਾ ਹੈ ਲੇਕਿਨ ਅੱਜ ਇਸ ਧਮਾਕਾ ਵੱਡਾ ਕਰਨਾ ਹੈ ਕਿਉਂਕਿ ਇਹ ਜਿਹੜਾ ਨਾ ਕਾਫੀ ਬੰਦੇ ਕਹਿ ਰਹੇ ਸੀ ਕਿ ਗ੍ਰੀਨ ਟਰੈਕਟਰ ਗ੍ਰੀਨ ਟਰੈਕਟਰ ਗ੍ਰੀਨ ਟਰੈਕਟਰ ਤੇ ਵੀਡੀਓ ਬਣਾਓ ਮੈਂ ਆਖਿਆ ਯਾਰ ਮੈਨੂੰ ਨਹੀਂ ਪਤਾ ਲੇਕਿਨ ਕੱਲ ਪਰਸੋ ਦਾ ਮੈਂ ਥੋੜਾ ਜਿਹਾ ਨਾ ਅਪਡੇਟ ਲਈ ਹੈ ਗ੍ਰੀਨ ਟਰੈਕਟਰ ਦੀ ਤੇ ਅੱਜ ਫਿਲਹਾਲ ਕੁਰੰਦਾਜ਼ੀ ਹੋ ਗਈ ਲਾਹੌਰ ਵਿੱਚ ਮਜੀਦ ਪਾਕਪਤਨ ਸ਼ੇਖੂਪੂਰਾ ਲਾਹੌਰ ਗੁਜਰਾ ਆਲਾ ਸਿਆਲਕੋਟ ਗੁਜਰਾਤ ਮਤਲਬ ਕਿ ਜਿਹੜੇ ਜਿਹੜੇ ਸਾਈਵਾਲ ਚੀਚਾਵਤਨੀ ਮਲਤਾਨ ਮੁਜ਼ਫਰਗੜ ਇਹ ਮਤਲਬ ਸਾਰੇ ਸਾਰੇ ਦੀ ਲਿਸਟ ਜਾਰੀ ਹੋ ਗਈ ਹੈ ਸ਼ਾਮ ਨੂੰ ਲਿਸਟ ਆ ਜਾਣਗੇ ਮਤਲਬ ਉਹਨਾਂ ਨੇ ਵਿੱਚ ਕੁਝ ਨਾਮ ਚੁੱਕ ਲੈਣੇ ਚੁੱਕ ਤੇ ਤੋਂ ਉਹਨਾਂ ਦੀ ਮਤਲਬ ਉਹ ਕੁਰੰਦਾਦੀ ਤਰ੍ਹਾਂ ਕੁਰੰਦਾਦੀ ਹੋ ਜਾਣੀ ਮੈਂ ਇਹਨਾਂ ਮੈਂ ਉਹਨਾਂ ਕੋਈ ਪਰਚਾ ਚੁੱਕ ਲੈਣੀਆਂ ਤੇ ਇਹ ਵਿੱਚ ਕੋਈ ਠੱਗੀ ਵਾਲੀ ਜਾਂ ਸ਼ਫਾਰਿਸ਼ ਵਾਲੀ ਗੱਲ ਕੋਈ ਨਹੀਂ ਹੈ ਕੁਰੰਦਾਦੀ ਹੋਣੀ ਹੈ ਮਤਲਬ ਅਗਰ ਆਪਣੇ ਕੋਲ 27 ਲੱਖ ਹੋਵੇਗਾ ਆਪਾਂ ਟਰੈਕਟਰ ਲਵਣ ਦੇ ਹੱਕਦਾਰ ਹੋਵਾਂਗੇ ਕੁਰੰਦਾਦੀ ਤੋਂ ਬਾਅਦ ਜਿਹੜਾ ਦੂਸਰਾ ਹੱਲ ਹੈ ਅਗਰ ਤੁਹਾਡਾ ਨਾਮ ਆ ਜਾਂਦਾ ਹੈ ਪਹਿਲੇ ਤੁਹਾਨੂੰ 27 ਲੱਖ ਦੇਣਾ ਪਵੇਗਾ ਫਿਰ 10 ਲੱਖ ਦੀ ਇਹ ਤੁਹਾਨੂੰ ਵਿੱਚ ਮਤਲਬ ਕਿ ਇਹ 10 ਲੱਖ ਦੀ ਰਾਤ ਹੋਵੇਗੀ ਅੱਗੇ ਮਤਲਬ ਥੋੜੀ ਅਗਰ ਟਰੈਕਟਰ ਵੀ ਸਸਤੇ ਸੀ ਰਾਤ ਵੀ ਥੋੜੀ ਹੁੰਦੀ ਸੀ ਔਰ ਟਰੈਕਟਰ ਵੀ ਮਹਿੰਗੇ ਹਨ ਔਰ 10 ਲੱਖ ਦੀ ਰਾਤ ਉਹਨਾਂ ਨੇ ਕੀਤੀ ਹੈ ਤੇ ਸ਼ੁਕਰੀਆ ਹੈ ਜੀ ਮੈਡਮ ਸਾਹਿਬ ਦਾ ਕਾਫੀ ਤਰਸਾਇਆ ਇਹਨਾਂ ਨੇ ਕਿ ਕਾਫੀ ਤਕਰੀਬਨ 20 ਤਰੀਕ ਤੇ 15 ਤਰੀਕ ਦੇ YouTube ਚੈੱਕ ਕਰ 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 ਤੇ ਪਰੇਸ਼ਾਨ ਹੈ ਕਿ ਕਦੋਂ ਕੁਰੰਦਾਜ਼ੀ ਹੋ ਰਹੀ ਕਦੋਂ ਹੋ ਰਹੀ ਹੈ ਜਨਾਬ ਤੇ ਬਾਕੀ ਮਜ਼ੀਦ शाम तक या कल तक तोडियो एक पा के दसा अगर लिस्टा हमने आदि हैं तो अजीत एक और वीडियो पा दिखावे कि किना कि नाम है नेड़े जिले -नेड़े नेड़े -नेड़े के पाकपतरूकाड़ा और साईवाल ने जड़े भी है सारे बल्कि दूर भी जड़े जिले हैं सारे दिल्यां लिस्टा तुम्हें शो करते विखावे बाकी लव यू अला निकमान खुश रहो आबाद रहो जींद रहो वसते रहो और सबसक्राइब जरूर कर लो अगर तुम लिस्ट देखनी हाफिज़